me
जप वाहे गुरु, वाहे गुरु।
रोजाना अपना अरदास करते हैं गुरु अगे। गुरसिखां दा मन नीवा मत उच्ची, मत तत का रखा आप वाहिगुरु। ये मत बिगड़ जाए, बुरे पासे लै जाए, गुनाहां विच लै जाए, ਇਹ ਮਤ ਬੇਸੁਰੀ ਹੋ ਜਾਏ, ਭੈੜੀ ਹੋ ਜਾਏ, ਗੁਰੂ ਵਾਲੇ ਪਾਸੇ ਲੈ ਕੇ ਨਹੀਂ ਜਾਣੀ, ਮਨ ਨੂੰ ਪ੍ਰੇਰਣਾ ਨਹੀਂ ਦੇਣੀ, ਕਿਉਂਕਿ ਮਤ ਹੀ ਜੱਜ ਹੈ ਜਿਸ ਨੂੰ ਬੁੱਧੀ ਕਹਿੰਦੇ ਹਾਂ। ਤੇ ਬੁੱਧੀ ਚੰਗੀ ਹੋਵੇ ਤੇ ਸਾਰਾ ਕੁਛ ਚੰਗਾ ਹੁੰਦਾ। ਇਸੇ ਕਰਕੇ ਆਪਾਂ ਅਰਦਾਸ ਇਹ ਕਰਦੇ ਆ, ਤੁਮ ਕਰੋ ਦਿਆ ਮੇਰੇ ਸਾਈ ਐਸੀ ਮਤ, ਦੀਜਾ ਮੇਰੇ ਠਾਕੁਰ ਸਦਾ ਸਦਾ ਖੁਦ ਧਿਆਨ। ਬਾਬਾ ਜੀ ਸਿਆਣਪ ਇਹ ਬੁੱਧੀ ਚੰਗੀ ਦਿਓ ਜੋ ਮਨ ਨੂੰ ਸਹੀ ਪਾਸੇ ਪ੍ਰੇਰਣਾ ਦੇ। ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਉੱਥੇ ਇਹ ਵੀ ਬੇਨਤੀ ਕਰਦੇ ਹਾਂ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾ, ਕੇਸ ਦਾ, ਰਹਿਤ ਦਾ, ਵਿਵੇਕ ਦਾ, ਸਭ ਦਾ, ਭਰੋਸਾ ਦਾ, ਦਾਨਾ ਸਿਰਦਾਨ ਨਾਮ ਦਾ, ਸ੍ਰੀ ਅੰਮ੍ਰਿਤਸਰ ਜੀ ਕੇ ਦਸ਼ਮਿਸ਼ਨਾ ਚੌਂਕੀਆਂ ਢੰਡੇ ਗੂੰਗੇ ਜੁਗੋ ਜੁਗਾ ਤਲ ਧਾਰਨ ਕਰ ਜਾਏਗਾ। ਖਾਲਸਾ ਜੀ ਬੋਲੋ ਜੀ, ਪ੍ਰੋਗਰਾਮ ਸਮਾਪਤੀ ਹੈ। ਗੁਰੂ ਸਿੱਖਾਂ ਦਾ ਮਨ ਨੀਵਾਂ ਮਨ ਨੀਵਾਂ ਮਤ ਉੱਚੀ ਗੁਰ ਦਾਦਾ ਸਿਰਦਾ
ਸਾਡੇ ਵਾਰਾਂ ਤੋਂ ਸੋ ਉੱਥੇ ਵੀ ਪਹੁੰਚਣਾ ਹੈ ਗੁਰੂ ਰਹਿਮ ਕਰੇ ਜਿੰਨੇ ਵੀ ਆਏ ਹੋ ਸਾਰਿਆਂ ਦੀਆਂ ਹਾਜ਼ਰੀਆਂ ਦਰਗਾਹੀ ਕਬੂਲ ਹੋਣ ਸਰਬ ਦੇ ਪਰਿਵਾਰਾਂ ਵਿੱਚ ਸਰਬ ਜੀ ਨਾਮ ਦਾ ਚੜ੍ਹਦੀਆਂ ਕਲਾ ਆਨੰਦ ਲਈ ਜੀਵਨ ਬਖਸ਼ਿਸ਼ ਕਰਨ ਗਿਰ ਪਰਿਵਾਰ ਵੱਲੋਂ ਅੱਜ ਸ੍ਰੀ ਅਖੰਡ ਸਾਹਿਬ ਜੀ ਭੋਗ ਪਏ ਨੇ ਸੱਚੇ ਪਾਤਸ਼ਾਹ ਇਸ ਪਰਿਵਾਰ ਦੇ ਬੱਚਿਆਂ ਨੂੰ ਪਰਿਵਾਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਬੁਲਾਓ ਫਤਿਹ ਵਾਹਿਗੁਰੂ ਜੋ ਸੰਗਤਾਂ ਪੰਜਾਬ ਤੋਂ ਫਗਵਾੜਾ ਏਰੀਏ ਤੋਂ ਨੇ ਜਦੋਂ ਜਾਓ ਜੀ ਟੀ ਰੋਡ ਸਥਿਤ ਭਾਈ ਕਨੇਜਾ ਜੀ ਸੇਵਾ ਸੁਮਨ ਕੇਂਦਰ ਅਤੇ ਭਾਈ ਕਨੇਜਾ ਜੀ ਐਪਲ ਔਰਚਰਡ ਸਕੂਲ ਜੋ ਸਤਿਗੁਰੂ ਜੀ ਨੇ ਸੇਵਾ ਦਸ ਦੇ ਵਿਚੋਲੀ ਵਿੱਚ ਪਾਈ ਇਸ ਵੇਲੇ 800 ਬੱਚਾ ਉੱਥੇ ਵਿਦਿਆ ਪ੍ਰਾਪਤ ਡਿਸਪੈਂਸਰੀ ਗੁਰਮਨ ਸੰਗੀਤ ਅਕੈਡਮੀ ਗੁਰੂ ਕੇ ਲੰਗਰ ਸਭ ਸੇਵਾਵਾਂ ਚੱਲਦੀਆਂ ਨੇ ਜਦੋਂ ਵੀ ਜਾਓ ਹੋ ਕੇ ਆਓ ਜੀ ਸੋ ਤੁਸੀਂ ਸੰਤ ਅਨੂਪ ਸਿੰਘ ਪੇਜ ਦੇ ਉੱਪਰ ਜਾ ਕੇ ਰੋਜ਼ਾਨਾ ਦੇ ਜੋ ਸਮਾਗਮ ਹੋ ਰਹੇ ਨੇ ਹੁਣ ਕੱਲ੍ਹ ਤੋਂ ਨਿਊ ਜਰਸੀ ਵੀ ਆਓ ਉਹ ਵੀ ਚੱਲਣਗੇ ਆਪ ਜੀ ਲਾਈਵ ਸਟ੍ਰੀਮ ਸ਼ਾਮਿਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ